वाहिगुरु जी का खालसा वाहिगुरु जी की फतेह। दोस्तों तुहाडे सारे नाल मैं एक बड़ी ज्यादा जो जरूरी जानकारी है ये सांझी करन लग्या हाँ। जिवें कि तुसी सारे जानते ही होवोगे कि अज मैं जो जिन्ना वारिस पंजाब दे जो नौजवान ने जिहड़े सिंह ने उन्हां ते जो NSA ला के उन्हां नूं जो सेंट्रल जेल दिब्रूगढ़ आसाम भेजा गया सी उन्हां दे जिहड़े केस ने 6 केस दायर किए सी मैं उन्होंने रिगार्डिंग उन्होंने बाबत अज मानयोग हाई कोर्ट के विच ते ओ सारा कुछ मैं डिस्कस करन तो पहला तुहाडे सारे नाल एक कुछ कु जो कानूनी नुकते ने NSA दे रिगार्डिंग ते की होना चाहिए किवें ओ सारा कुछ तुहाडे सारे दे सामने मैं नशर करना चाहवांगा। देखो आ मेरे को जो है ये NSA दा एक्ट पिया इस एक्ट दे विच लिखिया गया सैक्शन 8 दे विच भी जो डिटेंशन ऑर्डर्स ने वो जेड़ा बंदा डिटेन्यू है मतलब जिस बंदे ते NSA एक्ट लग्या है उसनू दिते जाणगे वो ऑर्डर दे जेल विच दिते जाणगे एज पर दी NSA एक्ट उहदे परिवार नू जां उहदे वकील नू डिटेंशन ऑर्डर नहीं दिते जाणगे। ते उस तों बाद चो इह जायज़ जी गल इह आउंदी है भी जे डिटेंशन ऑर्डर असीं लैणे ने तां किवें लईए ते इह ऑर्डर तां सिर्फ जिहड़े साडे वारिस पंजाब जथेबंदी दे सिंघ ने डिब्रूगढ़ आसाम दे विच ने उन्हां नू मिल के ही ले जा सकदे ने होर तां कोई वे पॉसिबल है नहींगा। ते उह डिटेंशन ऑर्डर लैण दे लई उन्हां नू मिलण दे लई मैं बड़े दिनां तों मैं जोर ला रहा सां मैं जो सुप्रीम कोर्ट दे वकील ने एडवोकेट जीवा मल्ला साहब जो साउथ इंडिया नू बिलोंग करदे ने उन्हां नू मैं बेनती कीती फिर उस तों बाद चो आप दे नाल ओह 5 वकीलां दी टीम लैके ओह दिब्रूगढ़ आसाम सेंट्रल जेल गए ਉਥੋਂ ਜਾ ਕੇ ਮੈਨੂੰ ਉਹਨਾਂ ਨੇ ਫੋਨ ਤੇ ਦੱਸਿਆ ਕਿੱਡਾ ਵੱਡਾ ਬਹਿਸ ਪਸਈਆ ਹੋਇਆ ਸੈਂਟਰਲ ਜਿਹੜਾ ਜੇਲ੍ਹ ਦਾ ਸੁਪਰੀਟੈਂਡੈਂਟ ਹੈ ਜੇਲ੍ਹ ਸੁਪਰੀਟੈਂਡੈਂਟ ਦੇ ਨਾਲ ਉਹਨੇ ਕਿਹਾ ਮੈਂ ਮਿਲ ਨਹੀਂ ਦੇਣਾ ਉਹਨਾਂ ਨੂੰ ਫਿਰ ਉਹਨਾਂ ਦਾ ਬਹਿਸ ਪਸਈਆ ਹੋਇਆ ਜੋ ਡਿਸਟ੍ਰਿਕਟ ਮੈਜਿਸਟਰੇਟ ਹੈ ਜੋ DC ਆ ਉੱਥੋਂ ਦਾ ਦਿਬਰੂਗੜ੍ਹ ਦਾ ਉਹਨੇ ਕਿਹਾ ਮੇਰੇ ਮੈਂ ਪਰਮਿਸ਼ਨ ਨਹੀਂ ਦੇਣੀ ਤੁਹਾਨੂੰ ਉਸ ਤੋਂ ਬਾਅਦ ਉਹ ਸੈਂਟਰ ਜਿਹੜਾ ਸੈਂਟਰ ਸਰਕਾਰ ਦਾ ਵੇਰਵਾ ਦਈਏ ਤਾਂ ਉੱਪਰੋਂ ਪੁੱਛਾਂਗੇ ਪੰਜਾਬ ਸਰਕਾਰ ਤੋਂ ਪੁੱਛਾਂਗੇ ਐਂ ਕਰਾਂਗੇ ਕੋਈ ਰਾਹ ਨਹੀਂ ਪਾਇਆ ਉਹਨਾਂ ਨੇ ਫਿਰ ਮੈਂ ਲੋਕਲ ਵਕੀਲਾਂ ਨੂੰ ਕੰਟੈਕਟ ਕੀਤਾ ਦਿਬਰੂਗੜ੍ਹਦਿਆਂ ਨੂੰ ਉਹਨਾਂ ਨੇ ਵੀ ਕਿਹਾ ਸਾਨੂੰ ਮਿਲ ਨਹੀਂ ਦਿੱਤਾ ਉੱਥੇ ਫਿਰ ਉਸ ਤੋਂ ਬਾਅਦ ਚੋਂ 10 ਦਿਨ ਪਹਿਲਾਂ ਮੈਂ ਅੱਕ ਹਾਰ ਥੱਕ ਕੇ ਜੋ ਬਹੁਤ ਜ਼ਿਆਦਾ ਆਪਦੇ ਵੱਲੋਂ ਜੋ ਹੈਗੀਆਂ ਨੇ ਆ ਮੈਂ ਜੋ ਸਰਕਾਰ ਨੂੰ ਮੈਂ ਪੰਜਾਬ ਸਰਕਾਰ ਨੂੰ ਤੇ ਆਸਾਮ ਸਰਕਾਰ ਨੂੰ ਆਪਦੇ ਵੱਲੋਂ ਚਿੱਠੀਆਂ ਲਿਖੀਆਂ ਆਪਦੇ ਵੱਲੋਂ ਰੀਪ੍ਰਜੈਂਟੇਸ਼ਨ ਦਿੱਤੀਆਂ ਵੀ ਮੈਨੂੰ ਮੈਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਕੱਤਰ ਹਾਂ ਮੈਂ ਲੀਗਲ ਐਡਵਾਈਜ਼ਰ ਹਾਂ ਮੈਂ ਵਕੀਲ ਹਾਂ ਮੈਨੂੰ ਮਿਲਣ ਦਾ ਮੌਕਾ ਦਿੱਤਾ ਜਾਵੇ ਆਸਾਮ ਸਰਕਾਰ ਵੱਲੋਂ ਜੇਲ੍ਹ ਸੁਪਰੀਟੈਂਡੈਂਟ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਪੰਜਾਬ ਸਰਕਾਰ ਵੱਲੋਂ ਇੱਕ ਰਿਪਲਾਈ ਤਾਂ ਆਇਆ ਪਰ ਅੱਗੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਨਾਲ ਜੱਜਮੈਂਟਸ ਵੀ ਲਾ ਕੇ ਦਿੱਤੀਆਂ ਵੀ ਦੇਖੋ ਦੋਸਤੋ ਚਾਹੇ ਕੋਈ NSA ਐਕਟ ਹੋਵੇ ਜਿਹੜਾ ਮਰਜ਼ੀ ਐਕਟ ਹੋਵੇ ਆ ਮੇਰੇ ਕੋਲ ਆ ਮਾਣਯੋਗ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਪਈਆਂ ਨੇ ਇੱਕ ਨਹੀਂ ਪਈ ਘੱਟੋ ਘੱਟ 25-30 ਪਈਆਂ ਨੇ ਮਾਣਯੋਗ ਹਾਈ ਕੋਰਟ ਦੀਆਂ ਜੱਜਮੈਂਟਾਂ ਪਈਆਂ ਨੇ ਆ ਮੇਰੇ ਕੋਲੇ ਇੱਥੇ ਆ ਲਾਅ ਪਏ ਨੇ ਸਾਰੇ ਜਿਹੜਾ ਡਿਟੈਂਸ਼ਨ ਲਾਅਜ਼ ਨੇ ਇਹਨਾਂ ਲਾਅ ਦੇ ਵਿੱਚ ਵੀ ਲਿਖਿਆ ਵੀ NSA ਦੇ ਅਧੀਨ ਵਕੀਲ ਨੂੰ ਪਰਿਵਾਰ ਨੂੰ ਦੋਸਤਾਂ ਮਿੱਤਰਾਂ ਨੂੰ ਬੰਦੇ ਜਿਹੜੇ ਬੰਦੇ ਤੇ NSA ਲੱਗੀ ਆ ਉਹਨੂੰ ਮਿਲਣ ਦਾ ਸੰਪੂਰਨ ਹੱਕ ਹੈਗਾ ਮਾਣਯੋਗ ਸੁਪਰੀਮ ਕੋਰਟ ਨੇ ਗੱਲਾਂ ਕਹੀਆਂ ਵੀ ਹੱਕ ਹੈਗਾ ਮਿਲਣ ਦਾ NSA ਦੇ ਅਧੀਨ ਵਕੀਲ ਨੂੰ ਤੇ ਪਰਿਵਾਰ ਨੂੰ ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਇਹ ਜੱਜਮੈਂਟਾਂ ਦੇ ਥਰੂ ਇਹੀ ਗੱਲ ਆਖਿਆ ਵੀ ਤੁਹਾਨੂੰ ਹੱਕ ਹੈਗਾ ਉੱਥੇ ਮਿਲਣ ਦਾ ਪਰ ਨਾ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਨਾ ਆਸਾਮ ਸਰਕਾਰ ਨੇ ਨਾ ਮੈਨੂੰ ਵਕੀਲ ਨੂੰ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਕੱਤਰ ਹੈ ਉਹਨੂੰ ਕੋਈ ਉੱਥੇ ਮਿਲਣ ਦੀ ਪਰਮਿਸ਼ਨ ਦੇ ਰਹੇ ਨੇ ਆਸਾਮ ਜਾਣ ਦੀ ਨਾ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਪਰਮਿਸ਼ਨ ਦੇ ਰਹੇ ਨੇ ਤੇ ਨਾ ਹੀ ਪੰਜਾਬ ਸਰਕਾਰ ਦੇ ਰਹੀ ਹੈ ਨਾ ਹੀ ਆਸਾਮ ਸਰਕਾਰ ਦੇ ਰਹੀ ਹੈ ਇਸ ਸਮੇਂ ਇੰਜ ਜਾਪਦਾ ਜਿਵੇਂ ਕਿ ਪੱਤਾ ਪੱਤਾ ਜੋ ਸਿੱਖਾਂ ਦਾ ਵੈਰੀ ਬਣ ਚੁੱਕਿਆ ਸਿੰਘਾਂ ਦਾ ਵੈਰੀ ਬਣ ਚੁੱਕਿਆ ਕਿਸੇ ਪਾਸੋਂ ਵੀ ਕੋਈ ਸਹਾਰਾ ਨਹੀਂ ਮਿਲ ਰਿਹਾ ਸਰਕਾਰੀ ਦਫ਼ਤਰਾਂ ਦੇ ਵਿੱਚ ਖੱਜਲ ਹੁੰਦੇ ਫਿਰਦੇ ਆ ਚਾਹੇ ਜਿਹੜਾ ਸੈਕਰਟੇਰੀਏਟ ਚ ਜਾਂਦੇ ਆ ਉੱਥੇ ਉੱਥੋਂ ਵੀ ਕੋਈ ਅੱਗੋਂ ਕੋਈ ਜਵਾਬ ਨਹੀਂ ਮਿਲ ਰਿਹਾ ਅਜੇ ਤੱਕ 10 ਦਿਨ ਹੋ ਚੁੱਕੇ ਨੇ ਚਿੱਠੀ ਪੱਤਰ ਲਿਖੇ ਨੂੰ ਕਿਸੇ ਪਾਸੋਂ ਜਿਹੜੇ ਜੀਵਾ ਮੱਲਾ ਸਾਹਿਬ ਜੋ ਵਕੀਲ ਨੇ ਸੁਪਰੀਮ ਕੋਰਟ ਦੇ ਉਹਨਾਂ ਨੇ ਕਿਹਾ ਵੀ ਸੈਂਟਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਜਵਾਬ ਨਹੀਂ ਮਿਲ ਰਿਹਾ ਤੇ ਸਾਡੇ ਬੰਦਿਆਂ ਨੂੰ ਉੱਥੇ ਮੈਂ ਕਹੂੰਗਾ ਇਲੀਗਲ ਤੇ ਅਨਲੋਫੁਲ ਡਿਟੈਂਸ਼ਨ ਵਿੱਚ ਰੱਖਿਆ ਨੂੰ ਘੱਟੋ ਘੱਟ ਵੀ 20 ਦਿਨ ਤੋਂ ਉੱਪਰ ਸਮਾਂ ਹੋ ਚੁੱਕਿਆ ਪਰ ਹਲੇ ਤੱਕ ਉਹਨਾਂ ਨਾਲ ਇੱਕ ਫੋਨ ਕਾਲ ਤੱਕ ਨਹੀਂ ਹੋ ਸਕੀ ਹਾਲਾਂਕਿ ਹਿੰਦੁਸਤਾਨ ਦੇ ਇੰਡੀਆ ਦੇ ਕਾਨੂੰਨ ਕਹਿੰਦੇ ਨੇ ਸੰਵਿਧਾਨ ਕਹਿੰਦਾ ਵੀ NSA ਦੇ ਅਧੀਨ ਮੈਂ ਉਹਨਾਂ ਨੂੰ ਜਾ ਕੇ ਮਿਲ ਸਕਦਾ ਦਿਬੜੂਗੜ੍ਹ ਦੇ ਵਿੱਚ ਪਰ ਕੋਈ ਪਰਮਿਸ਼ਨ ਨਹੀਂ ਦੇ ਰਿਹਾ।